ਜਲੰਧਰ ਦੇ ਦੁਆਬਾ ਕਾਲਜ ਦੀ ਇੱਕ ਸਟੂਡੈਂਟ ਦੇ ਨਾਲ ਉਸਦੇ ਵਾਕਫ ਯੁਵਕ ਨੇ ਬਲਾਤਕਾਰ ਕੀਤਾ ਅਤੇ ਫਿਰ ਉਸਦੀਆਂ ਤਸਵੀਰਾਂ ਖਿੱਚ ਕੇ ਉਹਨੂੰ ਬਲੈਕਮੇਲ ਕਰ ਲਗਾਤਾਰ ਬਲਾਤਕਾਰ ਕਰਦੇ ਰਹੇ। ਲੜਕੀ ਨੇ ਮਜਬੂਰਨ ਮਾਂ ਬਾਪ ਨੂੰ ਦੱਸਿਆ ਤਾਂ ਉਹਨਾਂ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ। ਪੁਲਿਸ ਨੇ ਫੌਰਨ ਮੈਡੀਕਲ ਕਰਵਾ ਕੇ ਬਲਾਤਕਾਰ ਦੀ ਪੁਸ਼ਟੀ ਕੀਤੀ ਅਤੇ ਮਾਮਲਾ ਦਰਜ ਕਰ ਲਿੱਤਾ। ਯੁਵਕ ਅਜੇ ਵੀ ਫਰਾਰ ਹੈ। ਥਾਣੇ ਦੇ ਵਿੱਚ ਇਹਨਾਂ ਨੇ 3 ਵਾਰੀ ਮੇਰੇ ਨਾਲ ਮਿਸਯੂਜ਼ ਕੀਤਾ, ਉਹ ਵੜੇ ਵਿਆਹ ਬਲੈਕਮੇਲ ਕੀਤਾ, ਉਹ ਵੜੇ ਵਿਆਹ ਔਰ ਕੀਤਾ, ਸਾਰਾ ਕੁਛ ਹੀ ਹੋਇਆ ਅੱਜ ਤੱਕ ਔਰ ਸਾਰੇ ਵਿਆਹ ਨੂੰ ਮਿਲੇ। ਠੀਕ ਹੈ, ਇਹ 'ਚ ਹੋਰ ਵੀ ਕੋਈ ਸ਼ਾਮਲ ਹੈਗਾ? ਇੱਥੇ ਦੋਨੇ ਹੀ ਬਸ ਇਹ ਦੋਨੇ ਹੀ ਸ਼ਾਮਲ ਨੇ ਕਿ ਹੋਰ ਵੀ ਇਹ ਕੋਈ ਮੰਮੀ ਡੈਡੀ? ਇਹਦੇ ਮੰਮੀ ਡੈਡੀ ਦੇ ਕੋਲ ਮੈਂ ਗਈ ਸੀ, ਸਾਰਾ ਕੁਛ ਦੱਸਿਆ ਸੀ, ਪਰ ਉਹਨਾਂ ਨੇ ਮੈਨੂੰ ਉੱਥੋਂ ਘਰੋਂ ਬਾਹਰ ਕੱਢ ਦਿੱਤਾ। ਫਿਲਹਾਲ ਸਾਡੇ ਕੋਲ ਇੱਕ ਲੜਕੀ ਹੈ, ਉਹਦੀ ਬਾਰਾਂ ਕੇ 19+99 ਬਾਰ 20 ਉਹਨੇ ਸਾਡੇ ਕੋਲ ਬਿਆਨ ਪਾਇਆ ਸੀਗਾ ਕਿ ਉਹਨੂੰ ਕੁਛ ਦੋ ਬੰਦੇ ਜਿਹੜੇ ਉਹਦੇ ਲੋਨ ਸੀਗੇ ਪਹਿਲਾਂ ਉਹ ਉਹਨੂੰ ਇੱਥੋਂ ਦੁਆਬਾ ਕਾਲਜ ਤੋਂ ਬਿਠਾ ਕੇ ਘਰ ਛੱਡਣ ਦਾ ਬਹਾਨਾ ਬਣਾ ਕੇ ਉਹਨੂੰ ਕਿਤੇ ਲੈ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ। ਜਿਹਦੇ ਕਰਕੇ ਉਹ ਮਤਲਬ ਕਹਿੰਦੀ ਸੀ ਕਿ ਮੇਰੀਆਂ ਉਹਨੇ ਫੋਟੋਗ੍ਰਾਫਸ ਕਲਿਪਸ ਵਗੈਰਾ ਫੋਟੋਗ੍ਰਾਫ ਨੇ ਕੀਤੀ, ਜਿਸ ਕਰਕੇ ਉਹਦੇ ਬਿਆਨ ਕੇਸ ਰਜਿਸਟਰ ਕਰ ਦਿੱਤਾ। ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਚੈਨਲ 2।